जो मौर्यत ते इस्लाम दे दरमियान फर्क की है। मैं दोबारा फोन करना सुन। नहीं नहीं हुण हुण दोबारा नहीं करना, हुण इस इसे गल ते टक ला, हुण दस ना इसे गल ते टक ला, इस्लाम ते जमहूरियत दा हुण हुण फस गए ते हुण आना भी दोबारा करसा, हुण की होया जी? फस गई जान सिक्के अंदर ते जूं वेलने विच गन्ना, हुण निकल मुल्ला टोका ते मैं तैनू मन्ना। ਹੁਣ ਐਸਾ ਮੈਂ ਗਲਾਵਾਂ ਸੱਟਿਆ ਤਾਂ ਅੱਲਾ ਦੇ ਫਜ਼ਲ ਨਾਲ ਨਿਕਲਣ ਜੋਗਾ ਕੋਈ ਨਹੀਂ ਹੈ। ਤੂੰ ਸਾਡੇ ਨਾਲ ਗੱਲ ਨਹੀਂ ਕਰ ਸਕਦਾ, ਤੂੰ ਮਿੰਬਰ ਤੇ ਬਹਿ ਕੇ ਇਮਾਮੁਲ ਗੈਰਤ ਦੇ ਖਿਲਾਫ ਬੋਲਣਾ ਹੈ, ਤੂੰ ਸਾਡੇ ਸਵਾਲਾਂ ਦੇ ਜਵਾਬ ਦੇ। ਹੁਣ ਜਿਵੇਂ ਫਸਿਆ ਪਿਆ ਨਾ ਸ਼ੁਰੂ ਤੋਂ ਲਾ, ਕਿਆ ਕਰਦਾ ਇੱਥੋਂ ਨਿਕਲ ਕੇ ਖਾ ਮੈਨੂੰ। ਸਲਾਮ ਅਲੈਕੁਮ। ਵਾਲੇਕੁਮ ਸਲਾਮ ਰਹਿਮਤੁਲਾਹ। ਜੀ ਜਨਾਬ, ਅੱਲਾਹ ਰੱਬੁਲ ਆਲਮੀਨ ਦਾ ਅਹਿਸਾਨ। ਮੈਂ ਬਰਾਏ ਸਲਾਹ ਗੱਲ ਕਰਨਾ, ਬਰਾਏ ਸਲਾਹ ਆਪਣੀ ਤਸਦੀਕ ਦੇ ਵਾਸਤੇ, ਆਪਣੇ ਦਿਲ ਦੀ ਤਸੱਲੀ ਵਾਸਤੇ ਜੀ। ਤੇ ਅੰਬੀਆ ਅਲੈਹਿਮ ਸਲਾਮ ਤੋਂ ਇਲਾਵਾ ਜੀ, ਮੈਂ ਫਰਿਸ਼ਤੇ ਤੋਂ ਇਲਾਵਾ ਕਿਸੇ ਨੂੰ ਕੋਈ, ਅਗਰ ਗੈਰ ਨਬੀ ਨੂੰ ਜਾਂ ਗੈਰ ਮਲਾਇਕੇ ਨੂੰ ਕੋਈ ਮਾਸੂਮ ਕਵੇ ਜੀ, ਉਹਦੇ ਮੁਤਲਕ ਆਲਾ ਹਜ਼ਰਤ ਦੇ ਕੋਈ ਪਤਾ ਹੈ ਕਿ ਆਪ ਕਿਹੜੇ ਹੋਏ ਹੈ? ਜਿਹੜਾ ਨਾ ਇੱਕ ਇਤਿਕਾਦ ਰੱਖਣਾ, ਇੱਕ ਸਬਕਤ ਲਸਾਨੀ ਦੀ ਵਜ੍ਹਾ ਤੋਂ ਕੋਈ ਗੱਲ ਹੋ ਜਾਣਾ। ਵੈਸੇ ਅੰਬੀਆ ਅਲੈਹਿਮ ਸਲਾਮ ਜਾਂ ਮਲਾਇਕਾ ਹੀ ਮਾਸੂਮ ਨੇ, ਬਾਕੀ ਕਿਸੇ ਨੂੰ ਮਾਸੂਮ ਨਹੀਂ ਕਹਿ ਸਕਦੇ। ਫਿਰ ਉਹੀ ਕਹਿ ਰਹੇ ਨਾ, ਉਸ ਦੇ ਇਤਿਕਾਦ ਤੋਂ ਨਜ਼ਰੀਆਤ ਨੂੰ ਵੇਖਿਆ ਜਾਏਗਾ, ਮੈਂ ਫਤਵਾ ਤਾਂ ਨਹੀਂ ਦਿੱਤਾ ਜਾਂਦਾ ਨਾ। ਅੱਛਾ ਹਾਂਜੀ ਠੀਕ, ਅਗਰ ਉਹ ਮਾਸੂਮ ਤਸੱਲੀ ਕੀਤੀ ਜਾਏਗੀ ਜੀ ਬਿਲਕੁਲ, ਅਗਰ ਉਹ ਆਪਣੇ ਗੱਲੇ ਦੀ ਵਜ਼ਾਹਤ ਕਰ ਛੱਡੇ ਤੁਹਾਡੀ ਛੁੱਟੀ ਹੈ ਬਿਲਕੁਲ, ਉਹ ਅਗਰ ਵਾਜ਼ੇ ਕਰਦਾ ਹੈ ਵੀ ਮੈਂ ਮਾਸੂਮ ਸਮਝਦਾ ਨਹੀਂ, ਵੈਸੇ ਸਬਕਤ ਲਸਾਨੀ ਦੀ ਵਜ੍ਹਾ ਤੋਂ ਜਾਂ ਹੋਰ ਉਹਦਾ ਨਜ਼ਰੀਆ ਹੋਵੇ ਤਾਂ ਇਕੱਲੇ ਦਾ ਗੱਲ ਹੈ। ਅੱਛਾ ਦੂਸਰੀ ਇਹ ਚੀਜ਼ ਹੈ, ਇਹ ਦੇਖੋ ਜੀ ਵਾਸਤੇ ਇੱਕ ਗਾਇ ਦੀ ਦੂਈ ਚੀਜ਼ ਹੈ, ਜਿਹੜੀ ਚੀਜ਼ ਕੁਫਰ ਹੈ, ਮਤਲਬ ਇੱਕ ਚੀਜ਼ ਹਰਾਮ ਹੈ ਜੀ, ਤੇ ਹਰਾਮ ਦਾ ਹੁਕਮ ਦੇਣਾ ਇਹ ਸ਼ਰੀਅਤ ਵਿੱਚ ਕਿਵੇਂ ਕਿਵੇਂ ਕਿਵੇਂ? ਮੈਂ ਇੱਕ ਚੀਜ਼ ਹਰਾਮ ਹੈ, ਨਜਾਇਜ਼ ਹੈ ਇਸਲਾਮ ਦੇ ਵਿੱਚ, ਦੀਨ ਵਿੱਚ ਕੁਫਰ ਹੈ, ਤੇ ਕੁਫਰ ਦਾ ਹੁਕਮ ਦੇਣਾ ਇਹ ਕੈਸਾ ਹੈ? ਮਸਲਨ ਕੋਈ ਮਿਸਾਲ, ਮਿਸਾਲ ਦੇ ਤੌਰ ਤੇ ਮੈਂ ਕਹਿੰਦਾ ਕਿ ਵੋਟ ਹਰਾਮ ਹੈ ਗੱਲ ਹੈ, ਤੁਸੀਂ ਕਹਿੰਦੇ ਕਿ ਵੋਟ ਹਰਾਮ ਹੈ, ਪਰਚੀ ਦੇਣਾ ਹਰਾਮ ਹੈ ਗੱਲ, ਬੰਨ ਨਜਾਇਜ਼ ਹੈ ਹਰਾਮ ਹੈ ਵੋਟ ਦੇਣਾ, ਵੋਟ ਜਿਹਨੂੰ ਪਰਚੀ ਆਉਂਦੇ ਨੇ ਤੇ ਉਹਦੀ ਮੈਂ ਹੁਕਮ ਦੇ ਰਿਹਾ ਕਿ ਅਗਰ ਵੋਟ ਦੇਣਾ ਵੀ ਹੈ, ਪਰਚੀ ਦੇਣੀ ਵੀ ਹੈ ਤੇ ਫਲਾਣੇ ਕੰਮ ਵਾਸਤੇ ਨਹੀਂ ਦੇਣੀ, ਫਲਾਣੇ ਕੰਮ ਵਾਸਤੇ ਦੇ ਲੈਣਾ, ਬਿਲਕੁਲ ਠੀਕ ਹੈ। ਲੇਕਿਨ ਇਹ ਗੱਲ ਹੈ ਉਸ ਹਰਾਮ ਦੀ ਤਾਰੀਫ ਕਰਨਾ ਜਾਂ ਉਸ ਹਰਾਮ ਵੱਲੇ ਕੌਮ ਨੂੰ ਤਰਗੀਬ ਦੇਣਾ। ਇੱਕ ਹਰਾਮ ਕੰਮ ਦਾ ਇਰਤਕਾਬ ਕਰਨਾ, ਇੱਕ ਹਰਾਮ ਵੱਲ ਦਾਵਤ ਦੇਣਾ ਔਰ ਉਸ ਦੇ ਦਲਾਇਲ ਸ਼ਰਾ ਮੁਹੰਮਦੀ ਤੋਂ ਦੇ ਕੇ ਆਵਾਮ ਨੂੰ ਆਪਣੀ ਤਰਫ ਖਿੱਚਣਾ। ਤੁਸੀਂ ਦੱਸੋ ਇੱਕ ਹਰਾਮ ਨੂੰ ਹਰਾਮ ਸਮਝ ਕੇ ਕਰਨਾ, ਉਹ ਬੰਦਾ ਸੁਣ ਲਓ ਇੱਕ ਹਰਾਮ ਨੂੰ ਹਰਾਮ ਸਮਝਣਾ, ਉਸ ਦਾ ਇਰਤਕਾਬ ਕਰਨਾ, ਇੱਕ ਉਸ ਵੱਲੇ ਆਵਾਮ ਨੂੰ ਲਾਣਾ, ਦਾਵਤ ਦੇਣੀ। ਹੁਣ ਦੱਸੋ ਇਹ ਉੱਥੇ ਹੀ ਰਹੇਗਾ ਜਾਂ ਜੁਰਮ ਵਧੇਗਾ? ਮੈਂ ਜਨਾਬ ਦੀ ਗੱਲ ਬਿਲਕੁਲ ਸਮਝ ਮੈਂ ਅਰਜ਼ ਇਹ ਕਰਦੇ ਪਿਆ ਬਈ ਇੱਕ ਮਸਲਨ ਮੈਂ ਜਾਂ ਕੋਈ ਵੀ ਜਾਂ ਤੁਸੀਂ ਜੋ ਕੋਈ ਜ਼ੈਦ ਅਮਰ ਬਕਰ ਹੈ ਤੁਹਾਡੇ ਇਹ ਚੀਜ਼ ਹਰਾਮ ਹੈ ਜੀ, ਹਾਂ ਅਗਰ ਤੁਸੀਂ ਹਰਾਮ ਕਰਨਾ ਵੀ ਹੈ ਤਾਂ ਫਲਾਣੇ ਕੰਮ ਵਾਸਤੇ ਕਰ ਲਓ। ਮੇਰੀ ਅਰਜ਼ ਸੁਣਨਾ, ਅਗਰ ਤੁਸੀਂ ਇਜਾਜ਼ਤ ਹਰਾਮ ਦੇਵੋਗੇ ਇੱਕ ਮਿੰਟ, ਹਰਾਮ ਦੀ ਇਜਾਜ਼ਤ ਦੇਣਾ ਇਸ ਦੇ ਮੁਤਲਕ ਜਨਾਬ ਦਾ ਕੀ ਖਿਆਲ ਹੈ? ਮੈਂ ਤਾਂ ਸਮਝਦਾ ਵੀ ਜਿਹੜਾ ਹਰਾਮ ਇੱਕ ਚੀਜ਼ ਹੈ ਹਰਾਮ ਜੀ, ਉਹਦਾ ਹੁਕਮ ਸਾਦਰ ਕਰਨ ਵਾਲਾ ਉਹ ਕੁਫਰ ਕਰ ਰਿਹਾ ਹੈ। ਅਗਰ ਚੀਜ਼ ਸ਼ਰਾਬ ਹੈ ਹਰਾਮ ਹੈ, ਜੂਆ ਹਰਾਮ ਹੈ, ਗੰਨਾ ਹਰਾਮ ਹੈ, ਉਹਦਾ ਹੁਕਮ ਚੱਲ ਐਂ ਨਹੀਂ ਕਿ ਐਂਡ ਕਰ ਲੈ, ਐਂ ਨਹੀਂ ਮਤਲਬ ਵੋਟ ਹਰਾਮ ਹੈ, ਇੱਕ ਬੰਦਾ ਕਹਿੰਦਾ ਕੋ ਫਲਾਣੇ ਬੰਦੇ ਨੇ ਦੇਈਏ ਤੇ ਦੇਣਾ ਤਾਂ ਨਾਲੀ ਵਾਸਤੇ ਜਾਂ ਸੜਕ ਵਾਸਤੇ ਦੇ ਲੈ। ਤੁਸੀਂ ਵੋਟ ਨੂੰ ਕੀ ਸਮਝਦੇ ਹੋ ਜੀ? ਤੁਸੀਂ ਵੋਟ ਨੂੰ ਕੀ ਸਮਝਦੇ ਹੋ? ਮੈਂ ਤੇ ਜਿਵੇਂ ਪਤਾ ਵਧਣ ਲਈ ਲਿਖੇ ਨਾ ਕਿਤਾਬ ਸਿਆਸੀ ਯਾਦ ਦੇ ਵਿੱਚ, ਹਾਂ ਅੱਛਾ, ਰਿਸ਼ਵਤ ਲੈਂਦਾ ਤੋ ਦੀਨ ਦੇ ਕੋਈ ਨੀ,
अगर वो वोट देना पावे ओ जे बंदे दे मुकाबले तव सपोर्ट भी करनी चाहिए है जेड़ा मुसलमान भी हम रख दादे ना रिश्वत ले लेना देन लगदा ए आला हजरत सरकार आला हजरत सरकार दा सारा फतवा है या उस दा जुज बयान कर रहे हो बयान कर रहे हो या बमाए सियाको सबाक गल कर रहे हो नहीं हो तो सवाल बड़ा लम्बा बड़ा लम्बा है लम्बा काम काम हजरत साहब लम्बा सवाल है लम्बा पूरा बयान करना चाहिए इस फतवे की वजात अगर आप तक नहीं पहुंची तो फिर आप कम से कम थोड़ा जो छानबीन कर ले जे इस फतवे की मुकम्मल वजाहत साडे एक दोस्त साहब ने दे दी है। दूसरी गल सुनो एक मिनट मेरी अर्ज सुन लो अल्लामा इकबाल रहमतुल्लाह तआला अलैह आप सरकार दे मुतालिक जनाब दा की नजरिया है। इकबाल अल्लामा इकबाल रहमतुल्लाह तआला अलैह बाबे जी नु समझा लेना सी जेड़ा कुलियात इकबाल दा हाफिज़ सी ते उन्नू मुफक्किर सलाम कहिंदा सी। एक मिनट मेरी सुन ते ला यार सुन ते ला बाबे जी नु ते समझा लेना सी मौलवी ता नहीं पढ़िया ते आखिर जिंदे पिछे जिंदे तुसी मुकल्ले दो कम से कम उन्नू ते समझा लेने तुसी मुकल्ले दो मैं लिखना तुसी मुकल्ले दो अगर उन्दे नाल कोई सी ना मेरी एक मिनट अर्ज़ ता सुन लो अगर तुसी जिन्नी देर तक बाबे खादिम रिज़वी दे बारे तेरा की ख्याल है मेरी अर्ज तो सुन लो जेड़े मौजू ते गल कर रहे हो एक मिनट उस मौजू ते गल करो उस तों बाद मौजू तब्दील कर जनाब मेरी अर्ज तो सुन लो इंशाअल्लाह जिवें जिवें मौजू तब्दील हुंदा उवें गल कर सा लेकिन एक मेरी अर्ज सुन लो हिमायत की या नहीं की बाबा जी के थले तू एम एल ए की सीट ते लड़दा रहे ए बाबे दे थले एम एल ए सीट ते लड़दा रहे बगैर ताई तू लड़दा रहे जनाब मैं सात बारी हाजिर हां पंजा बारी तशरीफ लाया जनाब हजार बारी तशरीफ ले आओ लेकिन मैं तेरे उत्ते एक सवाल छड़दा जाना तू कह रहा सा वोट एक सवाल दे जवाब दे मैं सुन सुन ते ला एक मिनट इकबाल दे बारे में कह रहे हो ओ एक मिनट एक मिनट एक मिनट इकबाल दे बारे तुसा गल गल कीती है ना क्योंकि आया सही मुतमईन नहीं है हैं इकबाल दे उत्ते तेरा ज़हन मुतमईन नहीं सही बंदा नहीं है ठीक है हुण बाबे खादिम साहब दे बारे जनाब दा की ख्याल है मुर्गा खवासा तू आसा भी कदो तुसी तशरीफ ले आंदे हो लेकिन सवाल दा जवाब तो दे भी बाबे दे बारे तेरा की ख्याल है बाबे दे बारे कुछ शक बाबे दे बारे कुछ शक कही या पक कही पहले दस बाबे दे बारे कुछ शक कही या पक बाबे दे बारे तेरा दिल मुतमईन है कि नहीं हुण हमने ते फसदा मैं हुण अगे जवाब ही नहीं देना मैं ना बाबे दे बारे तू दिल मुतमईन है कि नहीं बाबे दे बारे तेरा ज़हन मुतमईन है कि नहीं
ਜਿਹੜਾ ਬਾਬਾ ਮਖਸੂਸ ਬਾਬਾ ਹੈ ਜਿਹੜਾ ਤੁਹਾਡਾ ਬਾਬਾ ਬਾਬੇ ਤੋਂ ਮੁਰਾਦ ਬਾਬੇ ਤੋਂ ਮੁਰਾਦ ਤੁਹਾਡਾ ਜਿਹੜਾ ਕਰੀਬ ਕਰੀਬ ਦੁਨੀਆਂ ਤੋਂ ਗਿਆ ਖਾਸ ਬਾਬਾ ਬਾਬਾ ਜਮਹੂਰੀਅਤ ਜਨਾਬ ਖਾਦਮ ਰਿਜ਼ਵੀ ਸਾਹਿਬ ਹੁਣ ਸਮਝਾਈਏ ਇਸ ਦੇ ਬਾਰੇ ਜਨਾਬ ਦਾ ਕੀ ਖਿਆਲ ਹੈ ਖਿਆਲ ਦੱਸ ਤੂੰ ਅੱਗੇ ਭਜਨਾ ਹੁਣ ਫਸਿਆ ਖਾਲਾ ਤੇ ਹੁਣ ਬਿਲਕੁਲ ਨਿਕਲਣ ਚ ਜੋਗਾ ਰਿਹਾ ਹੀ ਨਹੀਂ ਮੈਂ ਕਹਿ ਰਿਹਾ ਤੇਰੇ ਆਪਣੇ ਬਾਬੇ ਜਮਹੂਰੀ ਬਾਬੇ ਖਾਦਮ ਰਿਜ਼ਵੀ ਦੇ ਬਾਰੇ ਤੇਰਾ ਕੀ ਖਿਆਲ ਹੈ ਉਹਦੇ ਵਿੱਚ ਵੀ ਛੱਡ ਕੇ ਜਾਂ ਉਹਦੇ ਬਾਰੇ ਕੋਈ ਪੱਕ ਰੱਖਣਾ ਹੈ ਕੀ ਪੱਕ ਹੈ ਪੱਕ ਪੱਕ ਕੀ ਪੱਕ ਹੈ ਬਾਬੇ ਖਾਦਮ ਦੇ ਬਾਰੇ ਤੈਨੂੰ ਕੀ ਪੱਕ ਹੈ ਕਿਸ਼ਾ ਸੱਚਾ ਆਵਾਜ਼ ਤੇਰੀ ਕਟਿੰਦੀ ਪਈ ਹੈ ਤੇ ਮੈਂ ਤੇਰੇ ਕੋਲ ਪੁੱਛਦਾ ਪਿਆ ਵੀ ਬਾਬੇ ਖਾਦਮ ਰਿਜ਼ਵੀ ਦੇ ਬਾਰੇ ਤੈਨੂੰ ਕੱਚ ਕੇ ਪੱਕ ਹੈ ਉਹ ਸੱਚਾ ਸੁੱਚਾ ਹੀਰਾ ਆ ਹਜ਼ਰਤ ਦੇ ਮਸਲਕ ਦਾ ਪਹਿਰੇਦਾਰ ਸੀ ਇਕਬਾਲ ਨੂੰ ਇੰਜ ਪੜ੍ਹਦਾ ਆਇਆ ਆਂਦਾ ਹੈ ਮੈਂ ਕੁਲਿਆਦ ਇਕਬਾਲ ਹਿਫਜ਼ ਕੀਤੀ ਅਗਰ ਉਹ ਹੈ ਸੀ ਕਾਦਿਆਨੀਆਂ ਦਾ ਸਪੋਰਟਰ ਤੇ ਇਸ ਹਿਫਜ਼ ਕਿਉਂ ਕੀਤੀ ਤੇ ਉਹਦੇ ਸ਼ੇਰ ਕਿਉਂ ਪੜ੍ਹਦਾ ਤੇ ਜੁਜ਼ੀ ਤੌਰ ਤੇ ਕਿਉਂ ਪੜ੍ਹਦਾ ਮੁਕੰਮਲ ਕਿਉਂ ਨਾ ਪੜ੍ਹਦਾ ਮੈਂ ਤੇਰੇ ਕੋਲ ਇਹ ਸਵਾਲ ਕਰਨਾ ਜਿਹਨੂੰ ਤੂੰ ਕਾਦਿਆਨੀਆਂ ਦਾ ਸਪੋਰਟਰ ਪਿਆਨਾ ਹੈ ਉਹ ਉਹਦੀ ਕਿਤਾਬ ਹਿਫਜ਼ ਕੀਤੀ ਖਲੋਤਾ ਹੁਣ ਯਾ ਬਾਬੇ ਤੇ ਫਤਵਾ ਲਾ ਵੀ ਤੂੰ ਉਹਦੀ ਕਿਤਾਬ ਕਿਉਂ ਹਿਫਜ਼ ਕੀਤੀ ਤੇ ਉਹਦੇ ਸ਼ੇਰ ਕਿਉਂ ਪੜ੍ਹਦਾ ਰਹੇ ਤੇ ਯਾ ਮੁੜ ਹੁਣ ਇਕਬਾਲ ਨੂੰ ਮੰਨਣਾ ਪਊ ਸੀ ਕੋਈ ਇੱਕ ਗੱਲ ਤੇ ਕਰਨੀ ਪਊ ਸੀ ਨਾ ਜੇ ਬਾਬੇ ਨੂੰ ਮੰਨਣਾ ਬਾਬਾ ਤਾਂ ਬਾਬਾ ਤੋਂ ਮੁਫੱਕਰ ਇਸਲਾਮ ਕਹਿ ਗਿਆ ਤੇਰੇ ਬਾਬੇ ਦੇ ਮੇਰੇ ਕੋਲ ਕਲਿੱਪ ਪਏ ਨੇ ਉਹ ਇਕਬਾਲ ਨੂੰ ਮੁਫੱਕਰ ਇਸਲਾਮ ਆਂਦਾ ਸਰਕਾਰ ਮਦੀਨਾ ਨੇ ਸਲਾਮ ਬਾਬਾ ਜਿਹੜਾ ਨਹੀਂ ਬਾਬਾ ਖਾਦਮ ਹੁਸੈਨ ਰਜ਼ਵੀ ਹਾਂ ਆਸ਼ਿਕ ਰਸੂਲ ਆਸ਼ਿਕ ਰਸੂਲ ਆ ਤੂੰ ਦੱਸ ਵੀ ਜਿਹੜਾ ਈਸਾਈਆਂ ਨੂੰ ਸੀਟਾਂ ਦੇਵੇ ਕਾਦੀਆਨੀਆਂ ਨੂੰ ਸੀਟਾਂ ਦੇਵੇ ਕਿਉਂਕਿ ਉਹਦੇ ਕੋਲ ਪੁੱਛਿਆ ਗਿਆ ਅਕਲੀਅਤ ਨੂੰ ਵੀ ਤੁਸੀਂ ਟਿਕਟਾਂ ਦਿੱਤੀਆਂ ਕਿ ਨਹੀਂ ਉਹਨੇ ਆਖਿਆ ਬਿਲਕੁਲ ਦਿੱਤੀਆਂ ਨੇ ਤੁਹਾਜੋ ਕਰ ਇੱਕ ਮਿੰਟ ਇਹ ਦੱਸ ਈਸਾਈਆਂ ਨੂੰ ਕਾਦੀਆਨੀਆਂ ਨੂੰ ਵਾਬੀਆਂ ਨੂੰ ਦਿਓਬੰਦੀਆਂ ਨੂੰ ਔਰ ਕੰਜਰਾਂ ਨੂੰ ਸੀਟਾਂ ਦੇਣੀਆਂ ਇਸ ਦੇ ਨਾਲ ਦੀਨ ਆਵੇਗਾ ਜਾਂ ਜਾਵੇਗਾ ਹੈਂ ਬਿਲਕੁਲ ਜ਼ਰੂਰੀ ਹੋ ਮੈਂ ਬਿਲਕੁਲ ਉਸ ਦੇ ਉੱਤੇ ਅਲਹਮਦੁਲਿਲਾ ਕਾਇਮ ਹਾਂ ਤਵੀਲ ਵਜ਼ਾਹਤ ਕਰਕੇ ਹਾਂ ਤੂੰ ਸਾਨੂੰ ਤਾਵੀਲ ਕਰੋ ਵੀ ਈਸਾਈਆਂ ਨੂੰ ਈਸਾਈਆਂ ਨੂੰ ਸੁਣ ਤੇ ਲੈ ਇੱਕ ਮਿੰਟ ਸੁਣ ਹੁਣ ਇਸ ਦੀ ਤੁਸਾਂ ਮੈਨੂੰ ਵਜ਼ਾਹਤ ਕਰਕੇ ਦੇਣੀ ਹੈ ਵੀ ਈਸਾਈ ਨੂੰ ਮੁਸਲਮਾਨਾਂ ਦਾ ਵਡੇਰਾ ਮੁਕਰਰ ਕਰਨਾ ਈਸਾਈ ਨੂੰ ਮੁਸਲਮਾਨਾਂ ਦਾ ਵਡੇਰਾ ਮੁਕਰਰ ਕਰਨਾ ਇਸ ਦੇ ਬਾਰੇ ਹੁਣ ਵਜ਼ਾਹਤ ਫਰਮਾ ਵੀ ਕਿਸ ਲਿਹਾਜ਼ ਨਾਲ ਜਾਇਜ਼ ਹੈ ਕਿੰਨੇ ਹੱਦ ਤੱਕ ਜਾਇਜ਼ ਹੈ ਕਿੰਨੇ ਹੱਦ ਤੱਕ ਜਾਇਜ਼ ਨਹੀਂ ਹੁਣ ਦੱਸ ਨਾ ਇੱਥੇ ਦੱਸ ਦੇ ਹੁਣ ਜੋ ਵਾਦੇ ਬੈਠੇ ਆ ਗੱਲ ਕਰਦੇ ਪਏ ਆ ਤੁਹਾਨੂੰ ਗੱਲ ਕਰ ਚਾ ਹੁਣ ਦੱਸ ਨਾ ਵੀ ਈਸਾਈ ਨੂੰ ਵਡੇਰਾ ਆਖਣਾ ਵੀ ਅਸੀਂ ਦੀਨ ਲਿਆਉਣਾ ਤੇ ਇਹ ਈਸਾਈਆ ਤੂੰ ਵਡੇਰਾ ਬਣ ਜਾ ਤੇ ਮੁਹੰਮਦ ਨਿਜ਼ਾਮ ਦਾ ਤੂੰ ਪਹਿਰੇਦਾਰ ਬਣੀ ਜਾਂ ਹਿੰਦੂ ਨੂੰ ਸਵੀਟ ਦੇਵੇ ਜਾਂ ਕਿਸੇ ਕਾਦਿਆਨੀ ਦੇਵੇ ਤੇ ਆਖੇ ਤੂੰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਨ ਦਾ ਪ੍ਰਚਾਰ ਕਰ ਸੇ ਮੁਸਲਮਾਨਾਂ ਦਾ ਵਡੇਰਾ ਬਣ ਸੇ ਜਵਾਬ ਦੇ ਮੈਂ ਕਹਿ ਰਿਹਾ ਇੱਕ ਮਿੰਟ ਤੁਸਾਂ ਹੈ ਜੇ ਜਮਹੂਰੀ ਇਵੇਂ ਗੱਲ ਮੰਨਦੇ ਹੋ ਆਪਣੇ ਆਪ ਜਮਹੂਰੀ ਨਹੀਂ ਮੰਨਦੇ ਹੋ ਉਹ ਤੁਸੀਂ ਜਮਹੂਰੀ ਹੈ ਕਿ ਨਹੀਂ ਜਮਹੂਰੀ ਹੈ ਨਾ
ਹੁਣ ਤੂੰ ਦੱਸ ਜਮਹੂਰੀਅਤ ਸੁਣ ਤੇ ਲੈ ਹੁਣ ਯਾਰ ਫਿਰਦਾ ਪੈਗਾ ਮੈਂ ਨਾ ਜਮਹੂਰੀਅਤ ਤੇ ਇਸਲਾਮ ਦੇ ਦਰਮਿਆਨ ਫਰਕ ਕੀ ਹੈ ਜਮਹੂਰੀਅਤ ਤੇ ਇਸਲਾਮ ਦੇ ਦਰਮਿਆਨ ਫਰਕ ਕੀ ਹੈ दोबारा कर सा हुण की होया फस गई जान शिकंजे अंदर ते जू वेलने विच गन्ना हुण निकल मुल्ला टोका ते मैं तैनू मन्ना ਹੁਣ ਐਸਾ ਮੈਂ ਗਲਾਵਾਂ ਸੱਟਿਆ ਤਾਂ ਅੱਲਾ ਦੇ ਫਜ਼ਲ ਨਾਲ ਨਿਕਲਣ ਜੋਗਾ ਕੋਈ ਨਹੀਂ ਹੈ ਤੂੰ ਸਾਡੇ ਨਾਲ ਗੱਲ ਨਹੀਂ ਕਰ ਸਕਦਾ ਤੂੰ ਮਿੰਬਰ ਤੇ ਬਹਿ ਕੇ ਮਾਮੂਲ ਗੈਰਾਂ ਦੇ ਖਿਲਾਫ ਬੋਲਣਾ ਤੂੰ ਸਾਡੇ ਸਵਾਲਾਂ ਦੇ ਜਵਾਬ ਦੇ ਹੁਣ ਜਿਵੇਂ ਫਸਿਆ ਪਿਆ ਨਾ ਸ਼ੁਰੂ ਤੋਂ ਲਾ ਕਿਆ ਕਰਦਾ ਇੱਥੋਂ ਨਿਕਲ ਕੇ ਦਿਖਾ ਮੈਨੂੰ ਤੇ ਮੁੜ ਤੂੰ ਅੱਗੇ ਗੱਲ ਕਰੀ ਬੜਾ